ਸ਼ੇਖ ਰਸ਼ੀਦ ਦੀ ਸੋਚਿਆ ਮੈਂ ਉਹਨਾਂ ਨੂੰ ਸ਼ਿੰਗਾਰ ਪਿਲਪਣੇ ਕਰਕੇ ਦਿੰਦੀ ਤੁਸੀਂ ਕੌਣ ਜੀ ਮੇਰੇ ਭਰਾ ਦਾ ਰਿਸ਼ਤਾ ਹੋ ਰਿਹਾ ਸਰ ਅੱਛਾ ਅੱਛਾ ਉਹ ਆਪਕਾ ਭਾਈ ਹੈ ਉਹ ਯਹੂਦੀ ਟੈਪ ਉਹ ਬਹੁਤ ਤਵੀਲ ਸਿਲਸਿਲੇ ਵਾਰ ਜੋ ਲੰਬਾ ਸਾ ਹੈ ਮੈਂ ਕਿਹਾ ਆਰਾਮ ਨਾ ਬਹਿ ਮੇਰਾ ਭਰਾ ਹੈ ਉਹ ਇੱਕ ਹੀ ਹੈ ਜਾਂ ਦੋ ਬਿਰਾਵਾਂ ਨੂੰ ਟੋਚ ਲਵਾਇਆ ਹੈ ਇੱਕੋ ਹੀ ਭਰਾ ਮੇਰਾ ਮੈਂ ਉਨਕੀ ਹੋਣੇ ਵਾਲੀ ਇਨੋ ਹੂੰ ਹਾਏ ਲਾ ਬਾਬੀ ਨਹੀਂ ਨਹੀਂ ਬਾਬਾ ਬਾਬਾ ਬਲਕੇ ਬਾਬੂ ਬਾਬੂ ਮੈਂ ਤੈਨੂੰ ਮਿਲ ਲਿਆ ਫਿਰ ਮੈਨੂੰ ਕਿਸੇ ਨਹੀਂ ਮਿਲਣਾ ਇਹ ਬਦਲਦਾ ਹਾਲਾਤ ਬੜੇ ਸਾਜ਼ਗਾਰ ਹੋ ਜਾਣੇ ਨੇ ਨਾ ਭਾਬੀ ਕਿੰਨੀ ਸੋਹਣੀ ਤੂੰ ਹਾਲੀ ਤਾਂ ਮੂੰਹ ਤੇ ਰੇਗ ਮਾਲ ਨਹੀਂ ਮਾਰਿਆ ਮੈਂ ਤਾਂ ਬੜੀ ਖੂਬਸੂਰਤ ਯਕੀਨ ਤਾਂ ਮੈਨੂੰ ਤਾਂ ਤੁਸੀਂ ਬਹੁਤ ਪਸੰਦ ਆਏ ਹੋ ਮੇਰੇ ਭਰਾ ਦੇ ਤੇ ਮਜ਼ੇ ਹੀ ਮਜ਼ੇ ਇਹ ਤਾਂ ਹੁਣ ਫਿਰ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਸਾਫ ਜ਼ਾਹਰ ਹੈ ਬਈ ਵਜਦਿਆਂ ਨੂੰ ਵਾਹਣ ਇੱਕੋ ਜਿਹਾ ਹੋ ਭਾਬੀ ਤੁਹਾਡੀ ਗੱਲਾਂ ਦੀ ਮੈਨੂੰ ਬਿਲਕੁਲ ਸਮਝ ਨਹੀਂ ਆ ਰਹੀ ਇੰਜ ਹੀ ਸਮਝ ਲਾ ਵੀ ਜਿਵੇਂ ਜਿੰਨਾ ਖਾਧੀਆਂ ਗਾਜਰਾਂ ਉਹ ਹਸਪਤਾਲ ਬਈ ਭਾਬੀ ਬੈਠੋ ਸਹੀ ਨਾ ਤਸ਼ਰੀਫ ਤੇ ਰੱਖੋ ਨਾ ਖੜੋਤੇ ਪਿੰਡੋਂ ਆਏ ਹੋ ਹਾਂਜੀ ਬੈਠੋ ਮੈਨੂੰ ਕਬਰ ਲਈ ਹੋਵੇ ਤਾਂ ਮੈਂ ਇੰਜ ਹੀ ਬਣਨੀ ਆ ਤੰਦਰੁਸਤ ਨੋਟੀ ਹੋਣਾ ਭਾਬੀ ਜੀ ਇਹ ਮੇਕਅਪ ਨਹੀਂ ਕੰਮ ਕਰ ਰਿਹਾ ਨਹੀਂ 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 ਮੈਂ ਆਪਣਾ ਉੱਥੋਂ ਲਾਰੀ ਦੇ ਮੈਂ ਮੇਰਾ ਆਪਣਾ ਫੈਮਿਲੀ ਕੋਚ ਵਾਂ ਮੈਂ ਉਹਦੇ ਕੋਲ ਕਰਵਾਇਆ ਭਾਬੀ ਮਜ਼ਾਕ ਹਾਏ ਨਾ ਬਾਬ ਇਹ ਮੇਰੇ ਨਹੀਂ ਨੇ ਮੇਰੇ ਇਹ ਕੋ ਆਇਆ ਸੀ ਉਹ ਭੁੱਲ ਗਿਆ ਉਹ ਬਗੈਰ ਤੇ ਮੇਰੇ ਕੋਲ ਹੀ ਬਗਲਾਂ ਲਾਉਂਦਾ ਰਿਹਾ ਬੈਠਾ ਰਿਹਾ ਜੀ ਜੀ ਉਹ ਉੱਡ ਉੱਡ ਕੇ ਪੱਖੇ ਨਾਲ ਆ ਰਹੇ ਸਨ ਕਿੰਨਾ ਪਿਆਰਾ ਫੈਬਰਿਕ ਪਾਇਆ ਹਾਂਜੀ ਇਹ ਬੜਾ ਅੱਛਾ ਹੈ ਅਗਰ ਤੁਸੀਂ ਇਹ ਸਾਰਾ ਵੇਖੋ ਨਾ ਇਹ ਟੋਟਲ ਹੈ ਬੜਾ ਅੱਛਾ ਹੈ ਯਕੀਨ ਤੁਮ ਮੈਨੂੰ ਭਾਬੀ ਮੈਂ ਸਾਰਾ ਵੇਖਿਆ ਤੁਸੀਂ ਮੈਨੂੰ ਹੱਥ ਨਹੀਂ ਲਾਉਣਾ ਹੁਣ ਕਿਉਂ ਮੈਂ ਕਿਉਂ ਨਹੀਂ ਹੱਥ ਲਾਣਾ ਕਿਉਂਕਿ ਤੁਹਾਨੂੰ ਹੱਥ ਲਾਣਾ ਹੱਥ ਨਾ ਲਾਓ ਪਾਕਿਸਤਾਨ 'ਚ ਬਿਜਲੀ ਨਹੀਂ ਲੇਕਿਨ ਮੇਰੇ 'ਚ ਬਹੁਤ ਹੈ ਮੈਂ ਤੇ ਇੰਜ ਹੀ ਹਾਂ ਜਿਵੇਂ ਡੱਬੀ ਗੋਲ ਲੀਫਦੀ ਹੈ ਸਿਗੜ ਵਿੱਚ ਕੇਟੂ ਦੇ ਨੇ ਭਾਬੀ ਤੁਹਾਡੀਆਂ ਅੱਖਾਂ ਮੈਂ ਸਦਕੇ ਜਾਵਾਂ ਇਹ ਹੋਈ ਮੇਰਾ ਘਰ ਰਿਹਾ ਮੈਂ ਤੁਹਾਨੂੰ ਕੀ ਦੱਸਾਂ ਅੱਛਾ ਗੱਲ ਸੁਣੋ ਮੈਨੂੰ ਬਹੁਤ ਸੋਹਣੇ ਲੱਗੇ ਹੋ ਤੁਸੀਂ ਪਸੰਦ ਆ ਗਈ ਹੈ ਮੈਂ ਤੁਹਾਨੂੰ ਹਾਂਜੀ ਤੇ ਇਹਦਾ ਮਤਲਬ ਹੈ ਤੇਰੇ ਵਿਰਾਨੋਂ ਵੀ ਮੈਂ ਪਸੰਦ ਆ ਜਾਈ ਬਿਲਕੁਲ ਮੈਨੂੰ ਇਹ ਦੱਸੋ ਤੁਹਾਡੀ ਵਾਲਦਾ ਕਿੱਥੇ ਨੇ ਵਾਲਦਾ ਮੇਰੀ ਉਹ ਅੰਦਰ ਮੈਂ ਸਿਗਰਟ ਪੀ ਰਹੀ ਹਾਂ ਅੱਛਾ ਭਲਾ ਕੀ ਅੰਮੀ ਓ ਇਹ ਕੌਣ ਨੇ ਜੀ ਇਹ ਕੌਣ ਨੇ ਇਹ ਮੇਰੀ ਅੰਮੀ ਹੈ ਬੱਤੀ ਬੋਰ ਦੀ ਹਾਂ ਔਰ ਇਹ ਮੇਰੀ ਬੇਟੀ 36 ਬੋਰ ਦੀ ਇਹਦੇ 4 ਬੋਰ ਮੇਨਾ ਜ਼ਿਆਦਾ ਨੇ ਅੱਜ ਮੈਂ ਫਿਰ ਕੇ ਕੰਮ ਕਰਨੀ ਹੈ ਆਂਟੀ ਕਿੰਨੇ ਪਿਆਰੇ ਤੁਸੀਂ ਮੇਰਾ ਬੱਚਾ ਵਿੱਚ ਨਾ ਬੋਲੀ ਨਹੀਂ ਤੇ ਮੈਂ ਸਾਰੀ ਅੰਮੀ ਕੱਢ ਕੇ ਇੱਥੇ ਰੱਖ ਦੇਣੀ ਹੈ ਖਬਰਦਾਰ ਮੱਬਤ ਪਿਆਰ ਨਾਲ ਬੱਚੀ ਮਿਲ ਰਹੀ ਤੇ ਆਂਟੀ ਬਸ ਬਸ ਘਟ ਕਰ ਮੈਂ ਜ਼ਰਾ ਸਖਤ ਜੀ ਅੰਮੀ ਹੈ ਟੈਨਸ਼ਨ ਨਹੀਂ ਲੈਣੀ ਜ਼ਰਾ ਉਮਾ ਉਮਾ ਤੋਂ ਪ੍ਰੇਜ਼ ਕਰ ਆਂਟੀ ਹਾਂਜੀ ਇੰਨਾ ਪਿਆਰਾ ਮੇਕਅਪ ਕਿੱਥੋਂ ਕਰਵਾਇਆ ਮੈਂ ਤੇ ਹਮੇਸ਼ਾ ਦੀਦਾਰ ਦੇ ਪਾਰਲਰ ਤੇ ਜਾਨੀ ਆ ਔਰ ਇੰਨੀ ਰਾਇਤ ਕਰਦੀ ਹੈ ਲੋਕਾਂ ਤੋਂ ਜ਼ਿਆਦਾ ਪੈਸੇ ਲੈਂਦੀ ਮੇਰੇ ਕੋਲ ਉਹ ਤੇ ਬੜਾ ਸੋਹਣਾ ਮੇਕਅਪ ਕਰਦੀ ਹੈ ਤੇਰਾ ਉਹਨੇ ਠੁੱਡੇ ਮਾਰ ਕੇ ਕੀਤਾ ਹੈ ਪੁੱਤਰ ਜੀ ਉਹਨੇ ਆਪਣੀ ਕੰਮ ਵਾਲੀ ਤਿਆਰ ਕਰ ਰਹੀ ਤੇ ਮੈਨੂੰ ਨਹੀਂ ਕਰ ਸਕਦੀ ਉਹ ਨਹੀਂ ਪਛਾਣੀ ਜਾਂਦੀ ਇੰਨੀ ਸੋਹਣੀ ਹਾਏ ਲੋ ਇਹ ਕੀ ਵੈਕਸ ਨਹੀਂ ਕਰਵਾਈ ਵੈਕਸ ਤੇ ਮੈਂ ਉਹਦੇ ਕੋਲ ਕਰਾਂਦੀ ਨਹੀਂ ਮੈਂ ਆਪ ਕਰਨੀ ਆ ਉਹ ਕਿਵੇਂ ਅਖਬਾਰ ਨੂੰ ਅੱਗ ਲਾ ਕੇ ਤੇਰ ਮੈਂ ਤੇ ਸਾਰੇ ਵਾਲ ਉਡਾ ਕੇ ਰੱਖ ਦਿੰਨੀ ਆ ਅੰਮੀ ਨੇ ਇੱਕ ਵਾਰੀ ਅਖਬਾਰ ਨੂੰ ਅੱਗ ਲਾ ਕੇ ਤੇੜ ਕੀਤੀ ਸੀ ਬਸ ਫਿਰ ਤੇੜ ਸੜ ਗਈ ਹੁਣ ਮੈਂ ਬਗੈਰ ਤੇੜ ਤੋਂ ਲੱਗੀ ਫਿਰਨੀ ਆ ਬਾਈ ਤੂੰ ਵੀ ਬਹੁਤ ਪਿਆਰੀ ਇਹਨਾਂ ਨੇ ਤੇਰੇ ਬਾਤ ਬਚਾਏ ਤੈਨੂੰ ਰੋਕ ਲੈ ਗੱਲ ਵੱਧ ਜਾਣੀ ਹੈ ਕਿਉਂਕਿ ਮੈਨੂੰ ਫੜਦੀ ਤੇ ਮੇਰੇ ਅੰਦਰ ਦੀ ਮਮਤਾ ਜਾਗਣ ਲੱਗ ਪਈ ਹੈ ਅੰਮੀ ਆ ਕਿਸੇ ਕੁੱਤੇ ਦੇ ਬੱਚਿਆ ਨਿਕਲ ਜਾਵੇ ਅੰਮਾ ਤੇਰੇ ਪਾਪਾ ਨਹੀਂ ਆਏ ਡੈਡੀ ਬਾਹਰ ਨੇ